ਮਹਾਨਗਰ ਲੁਧਿਆਣਾ ਦੇ ਵਿੱਚ ਕਿਡਨੈਪਿੰਗ ਹੋਈ ਹੈ। ਜੀ ਹਾਂ, ਕਾਰੋਬਾਰੀ ਦੀ ਕਿਡਨੈਪਿੰਗ ਹੋਈ ਹੈ। ਇੱਕ ਵਾਰ ਪਹਿਲਾਂ ਵੀ ਇੱਕ ਕਾਰੋਬਾਰੀ ਨੂੰ ਕਿਡਨੈਪ ਕੀਤਾ ਗਿਆ ਸੀ, ਇੱਕ ਵਾਰ ਫਿਰ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤਾਂ ਬਦਮਾਸ਼ਾਂ ਦੇ ਨਿਸ਼ਾਨਿਆਂ 'ਤੇ ਨੇ ਕਾਰੋਬਾਰੀ, ਕਾਰਾਂ ਦੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ ਅਗਵਾ ਕੀਤਾ, ਪਿੰਡ ਦੀ ਮੋਟਰ 'ਤੇ ਲਿਜਾ ਕੇ ਪਹਿਲਾਂ ਉਸਨੂੰ ਨੰਗਾ ਕੀਤਾ, ਫਿਰ ਉਸਦੀ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਕਾਰੋਬਾਰੀ ਨੂੰ ਨੰਗਾ ਕਰਕੇ ਕੁੱਟਿਆ ਹੈ। ਜੀ ਹਾਂ, ਕਾਰੋਬਾਰੀ ਦੇ ਨਾਲ ਬਦਮਾਸ਼ਾਂ ਦਾ ਪੈਸਿਆਂ ਦਾ ਲੈਣ ਦੇਣ ਸੀ, ਜਿਸ ਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ, ਇਹ ਸਾਰਾ ਕਾਂਡ ਹੋਇਆ। ਦੱਸ ਦਈਏ ਕਿ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਇੱਕ ਢਾਬੇ ਤੋਂ ਅਗਵਾ ਕੀਤਾ, ਜਿੱਥੇ ਕਾਰੋਬਾਰੀ ਰੋਟੀ ਖਾਣ ਗਿਆ ਸੀ। ਰੋਟੀ ਖਾ ਕੇ ਜਿਵੇਂ ਹੀ ਬਾਹਰ ਨਿਕਲਦਾ ਹੈ, ਬਦਮਾਸ਼ ਉਸ 'ਤੇ ਟੁੱਟ ਕੇ ਪੈ ਜਾਂਦੇ ਨੇ ਅਤੇ ਉਸਨੂੰ ਕਿਡਨੈਪ ਕਰਕੇ ਲੈ ਜਾਂਦੇ ਨੇ। ਕਿਡਨੈਪਿੰਗ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਅਤੇ ਪੁਲਿਸ ਨੇ 12 ਅਣਪਛਾਤਿਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਤਾਂ ਤਸਵੀਰਾਂ ਸਿੱਧੀਆਂ ਮਹਾਨਗਰ ਤੋਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਾਰ ਖਰੀਦਣ ਵੇਚਣ ਵਾਲਾ ਕਾਰੋਬਾਰੀ, ਜਿਸ ਦੀ ਬਦਮਾਸ਼ਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ, ਪਹਿਲਾਂ ਤਾਂ ਉਸਨੂੰ ਢਾਬੇ ਤੋਂ ਕਿਡਨੈਪ ਕਰਕੇ ਲੈ ਜਾਂਦੇ ਨੇ ਪਿੰਡ ਦੀ ਮੋਟਰ 'ਤੇ, ਪਿੰਡ ਦੀ ਮੋਟਰ 'ਤੇ ਲਿਜਾ ਕੇ ਉਸਨੂੰ ਨੰਗਾ ਕਰਦੇ ਨੇ, ਫਿਰ ਉਸਦੀ ਕੁੱਟਮਾਰ ਕਰਦੇ ਨੇ। ਇਹ ਸਾਰੀ ਕਿਡਨੈਪਿੰਗ ਦੀ ਜਿਹੜੀ ਵੀਡੀਓ ਹੈ ਉਹ ਢਾਬੇ ਦੇ ਬਾਹਰ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ। ਦੇਖੋ ਕਿਵੇਂ ਕਿੰਨੇ ਸਾਰੇ ਬਦਮਾਸ਼ ਇਕੱਲੇ ਕਾਰੋਬਾਰੀ ਨੂੰ ਟੁੱਟ ਕੇ ਪੈ ਜਾਂਦੇ ਨੇ, ਉਸਨੂੰ ਕਿਡਨੈਪ ਕਰਕੇ ਗੱਡੀ 'ਚ ਲੈ ਜਾਂਦੇ ਨੇ। ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਾਰੋਬਾਰੀ ਠੇਕੇ ਦੇ ਅਹਾਤੇ ਵਿੱਚ ਖਾਣਾ ਖਾ ਰਿਹਾ ਸੀ, ਜਿਵੇਂ ਹੀ ਬਾਹਰ ਨਿਕਲਿਆ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਚੱਕ ਲਿਆ। ਮਾਮਲਾ ਕੁਝ 3 ਲੱਖ ਰੁਪਏ ਦੀ ਪੇਮੈਂਟ ਦੇ ਵਿਆਜ ਦਾ ਹੈ। ਮਹਾਨਗਰ ਲੁਧਿਆਣਾ ਦੇ ਵਿੱਚ ਕਿਡਨੈਪਿੰਗ ਹੋਈ ਹੈ। ਜੀ ਹਾਂ, ਕਾਰੋਬਾਰੀ ਦੀ ਕਿਡਨੈਪਿੰਗ ਹੋਈ ਹੈ। ਇੱਕ ਵਾਰ ਪਹਿਲਾਂ ਵੀ ਇੱਕ ਕਾਰੋਬਾਰੀ ਨੂੰ ਕਿਡਨੈਪ ਕੀਤਾ ਗਿਆ ਸੀ, ਇੱਕ ਵਾਰ ਫਿਰ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤਾਂ ਬਦਮਾਸ਼ਾਂ ਦੇ ਨਿਸ਼ਾਨਿਆਂ 'ਤੇ ਨੇ ਕਾਰੋਬਾਰੀ, ਕਾਰਾਂ ਦੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ ਅਗਵਾ ਕੀਤਾ, ਪਿੰਡ ਦੀ ਮੋਟਰ 'ਤੇ ਲਿਜਾ ਕੇ ਪਹਿਲਾਂ ਉਸਨੂੰ ਨੰਗਾ ਕੀਤਾ, ਫਿਰ ਉਸਦੀ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਕਾਰੋਬਾਰੀ ਨੂੰ ਨੰਗਾ ਕਰਕੇ ਕੁੱਟਿਆ ਹੈ। ਜੀ ਹਾਂ, ਕਾਰੋਬਾਰੀ ਦੇ ਨਾਲ ਬਦਮਾਸ਼ਾਂ ਦਾ ਪੈਸਿਆਂ ਦਾ ਲੈਣ ਦੇਣ ਸੀ, ਜਿਸ ਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ, ਇਹ ਸਾਰਾ ਕਾਂਡ ਹੋਇਆ। ਦੱਸ ਦਈਏ ਕਿ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਇੱਕ ਢਾਬੇ ਤੋਂ ਅਗਵਾ ਕੀਤਾ, ਜਿੱਥੇ ਕਾਰੋਬਾਰੀ ਰੋਟੀ ਖਾਣ ਗਿਆ ਸੀ। ਰੋਟੀ ਖਾ ਕੇ ਜਿਵੇਂ ਹੀ ਬਾਹਰ ਨਿਕਲਦਾ ਹੈ, ਬਦਮਾਸ਼ ਉਸ 'ਤੇ ਟੁੱਟ ਕੇ ਪੈ ਜਾਂਦੇ ਨੇ ਅਤੇ ਉਸਨੂੰ ਕਿਡਨੈਪ ਕਰਕੇ ਲੈ ਜਾਂਦੇ ਨੇ। ਕਿਡਨੈਪਿੰਗ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਅਤੇ ਪੁਲਿਸ ਨੇ 12 ਅਣਪਛਾਤਿਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਤਾਂ ਤਸਵੀਰਾਂ ਸਿੱਧੀਆਂ ਮਹਾਨਗਰ ਤੋਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਾਰ ਖਰੀਦਣ ਵੇਚਣ ਵਾਲਾ ਕਾਰੋਬਾਰੀ, ਜਿਸ ਦੀ ਬਦਮਾਸ਼ਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ, ਪਹਿਲਾਂ ਤਾਂ ਉਸਨੂੰ ਢਾਬੇ ਤੋਂ ਕਿਡਨੈਪ ਕਰਕੇ ਲੈ ਜਾਂਦੇ ਨੇ ਪਿੰਡ ਦੀ ਮੋਟਰ 'ਤੇ, ਪਿੰਡ ਦੀ ਮੋਟਰ 'ਤੇ ਲਿਜਾ ਕੇ ਉਸਨੂੰ ਨੰਗਾ ਕਰਦੇ ਨੇ, ਫਿਰ ਉਸਦੀ ਕੁੱਟਮਾਰ ਕਰਦੇ ਨੇ। ਇਹ ਸਾਰੀ ਕਿਡਨੈਪਿੰਗ ਦੀ ਜਿਹੜੀ ਵੀਡੀਓ ਹੈ ਉਹ ਢਾਬੇ ਦੇ ਬਾਹਰ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ। ਦੇਖੋ ਕਿਵੇਂ ਕਿੰਨੇ ਸਾਰੇ ਬਦਮਾਸ਼ ਇਕੱਲੇ ਕਾਰੋਬਾਰੀ ਨੂੰ ਟੁੱਟ ਕੇ ਪੈ ਜਾਂਦੇ ਨੇ, ਉਸਨੂੰ ਕਿਡਨੈਪ ਕਰਕੇ ਗੱਡੀ 'ਚ ਲੈ ਜਾਂਦੇ ਨੇ। ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਾਰੋਬਾਰੀ ਠੇਕੇ ਦੇ ਅਹਾਤੇ ਵਿੱਚ ਖਾਣਾ ਖਾ ਰਿਹਾ ਸੀ, ਜਿਵੇਂ ਹੀ ਬਾਹਰ ਨਿਕਲਿਆ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਚੱਕ ਲਿਆ। ਮਾਮਲਾ ਕੁਝ 3 ਲੱਖ ਰੁਪਏ ਦੀ ਪੇਮੈਂਟ ਦੇ ਵਿਆਜ ਦਾ ਹੈ।